ਕਪੀਰਾਂ ਦੀ ਥਾਂ ਤੇ ਕਥਿਤ ਨਿਆਂਗ ਸਿੰਘ ਨੇ ਬਣਾਇਆ ਆਪਣਾ ਡੇਰਾ ਅਤੇ ਡੇਰੇ ਦੇ ਵਿੱਚ ਰੱਖੀਆਂ ਅਸ਼ਲੀਲ ਤਸਵੀਰਾਂ। ਇਹੀ ਨਹੀਂ, ਡੇਰੇ ਦੇ ਅੰਦਰੋਂ ਨਿਕਲੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਅਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਇਸ ਡੇਰੇ ਦੇ ਵਿੱਚ ਹੋਈ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਪਿੰਡ ਦੀਆਂ ਜਿੱਥੇ ਵਿਵਾਦ ਭਖ ਗਿਆ ਏ। ਇੱਕ ਪੀਰਾਂ ਦੀ ਥਾਂ ਬਣੀ ਹੋਈ ਸੀ ਜਿੱਥੇ ਪਹਿਲਾਂ ਇੱਕ ਕਥਿਤ ਨਿਹੰਗ ਸਿੰਘ ਦੇ ਵੱਲੋਂ ਕਬਜ਼ਾ ਕੀਤਾ ਗਿਆ। ਅੰਦਰ ਹੀ ਉਹ ਰਹਿਣ ਲੱਗਾ, ਅਸ਼ਲੀਲ ਤਸਵੀਰਾਂ ਵੀ ਦੇਖਦਾ ਸੀ ਅੰਦਰ ਬੈਠ, ਤੇ ਗੁਟਕਾ ਸਾਹਿਬ ਦੇ ਨਾਲ ਨਾਲ ਵਾਲਮੀਕਿ ਜੀ ਦੇ ਵੱਲੋਂ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਵੀ ਅੰਦਰੋਂ ਬੜੇ ਮਾੜੇ ਹਾਲਾਤਾਂ ਦੇ ਵਿੱਚ ਪਾਏ ਗਏ ਨੇ। ਤਾਂ ਮਾਮਲਾ ਹੈ ਬਟਾਲਾ ਦੇ ਪੁਲਿਸ ਥਾਣਾ ਘੁਮਾਣ ਦੇ ਪਿੰਡ ਖੁਜਾਲਾ ਦਾ, ਜਿੱਥੇ ਪੀਰਾਂ ਦੇ ਸਥਾਨ ਤੇ ਬਾਬਾ ਸੁੰਦਰ ਸ਼ਾਹ ਦੀ ਜਗ੍ਹਾ ਤੇ ਇੱਕ ਨਿਹੰਗ ਸਿੰਘ ਨੇ ਆਪਣਾ ਡੇਰਾ ਬਣਾ ਰੱਖਿਆ ਸੀ। ਪੰਚਾਇਤ ਵੱਲੋਂ ਇਸ ਨਿਹੰਗ ਸਿੰਘ ਉੱਤੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੇ ਵੀ ਇਲਜ਼ਾਮ ਲਗਾਏ ਗਏ। ਜਦੋਂ ਨਿਹੰਗ ਸਿੰਘ ਦੇ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉੱਥੋਂ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਚਲਾ ਗਿਆ। ਉਹਦੇ ਚਲੇ ਜਾਣ ਤੋਂ ਬਾਅਦ ਪੰਚਾਇਤ ਦੇ ਵੱਲੋਂ ਤਾਲੇ ਨੂੰ ਤੋੜ ਕੇ ਜਦੋਂ ਅੰਦਰ ਕਮਰਾ ਵੇਖਿਆ ਗਿਆ, ਛਾਨਬੀਨ ਕੀਤੀ ਗਈ, ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਉੱਥੇ ਵਾਲਮੀਕਿ ਜੀ ਦਾ ਗ੍ਰੰਥ ਪਿਆ ਸੀ ਅਤੇ ਉੱਥੇ ਹੀ ਅੰਦਰੋਂ ਅਲਮਾਰੀ ਨੂੰ ਵੀ ਖੋਲ੍ਹਿਆ ਗਿਆ ਅਤੇ ਦੇਖਿਆ ਗਿਆ ਕਿ ਸੁੰਦਰ ਗੁਟਕਾ ਸਾਹਿਬ ਅਤੇ ਹੋਰ ਪੋਥੀਆਂ ਦੇ ਬੜੇ ਹੀ ਮਾੜੇ ਹਾਲਾਤ ਸਨ। ਤਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਕਥਿਤ ਨਿਹੰਗ ਸਿੰਘ ਦੇ ਵੱਲੋਂ ਪਹਿਲਾਂ ਪੀਰਾਂ ਦੀ ਥਾਂ 'ਤੇ ਕਬਜ਼ਾ ਕੀਤਾ ਗਿਆ, ਬਾਅਦ ਦੇ ਵਿੱਚ ਡੇਰੇ ਦੇ ਅੰਦਰ ਅਸ਼ਲੀਲ ਹਰਕਤਾਂ ਵੀ ਕਰਦਾ ਸੀ, ਚੋਰੀ ਦੇ ਇਲਜ਼ਾਮ ਵੀ ਉਸ ਉੱਪਰ ਲੱਗੇ। ਤਾਂ ਮੌਕੇ 'ਤੇ ਗੁਰਦੁਆਰਾ ਰਾਮ ਥੰਮਣ ਸਾਹਿਬ ਦੇ ਸੇਵਾਦਾਰ ਪਹੁੰਚੇ। ਉਹਨਾਂ ਦੇ ਵੱਲੋਂ ਪਿੰਡ ਦੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਲਦ ਹੀ ਇਸ ਨਿਹੰਗ ਸਿੰਘ ਦੇ ਖਿਲਾਫ ਪਰਚਾ ਵੀ ਕਰਵਾਉਣਗੇ ਅਤੇ ਨਿਹੰਗ ਸਿੰਘਾਂ ਦੇ ਮੁਖੀਆਂ ਦੇ ਵੱਲੋਂ ਇਸ ਨੂੰ ਸਜ਼ਾ ਵੀ ਦਿੱਤੀ ਜਾਵੇਗੀ। ਹਾਲਾਂਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਕੋਈ ਹੋਰ ਹੈ, ਕਿਉਂਕਿ ਇੱਕ ਸੱਚਾ ਨਿਹੰਗ ਸਿੰਘ ਐਸੀ ਕਰਤੂਤ ਨਹੀਂ ਕਰ ਸਕਦਾ। ਨਿਹੰਗ ਸਿੰਘ ਹੋਰ ਧਰਮਾਂ ਦੀ ਰੱਖਿਆ ਲਈ ਬਣੇ ਹੁੰਦੇ ਨੇ, ਨਾ ਕਿ ਉਹਨਾਂ ਦੇ ਅਪਮਾਨ ਕਰਨ ਦੇ ਲਈ। ਤਾਂ ਦੇਖ ਸਕਦੇ ਹੋ ਨਿਰਾਦਰ ਹੋਇਆ ਹੈ। ਇੱਕ ਡੇਰੇ ਦੇ ਵਿੱਚ ਕਥਿਤ ਨਿਹੰਗ ਸਿੰਘ ਨੇ ਆਹ ਸਭ ਕੁਝ ਕੀਤਾ ਜੋ ਇੱਕ ਆਮ ਸ਼ਖਸ ਕਰਨ ਤੋਂ ਪਹਿਲਾਂ ਡਰੇਗਾ। ਅੱਜ ਅਸੀਂ ਸਾਰੇ ਇੱਥੇ ਬਾਬਾ ਸੁੰਦਰ ਸ਼ਾਹ ਦੀ ਜਗ੍ਹਾ ਦੇ ਇਕੱਠੇ ਹੋਏ ਹਾਂ ਪਿੰਡ ਖਜਾਲਾ ਵੱਲੋਂ। ਇੱਥੇ ਲਗਭਗ ਇੱਕ ਮਹੀਨਾ ਹੋ ਗਿਆ ਵਾ ਇੱਥੇ ਜਿਹੜਾ ਬੰਦਾ ਨਜਾਇਜ਼ ਤੌਰ 'ਤੇ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਰੇ ਇਲਾਕੇ ਨੂੰ ਪਤਾ, ਪਿੰਡ ਨੂੰ ਪਤਾ, ਲੋਸ ਵੀ ਕਰਾਈ ਸੀ ਅੱਜ ਤੋਂ 3-4 ਦਿਨ ਪਹਿਲਾਂ। ਸਾਰੇ ਪਿੰਡ ਇਕੱਠਾ ਹੋਇਆ ਸੀ, ਇਹਦੇ ਖਿਲਾਫ਼ ਕੰਪਲੇਂਟ ਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੋਈ ਸੀ, ਇਹਨੇ ਗੋਲਕ ਤੋੜ ਲਈ ਸੀ। ਇਹ ਅੱਜ ਕੁਝ ਨਿਹੰਗ ਲੈ ਕੇ ਅਤੇ ਇੱਥੇ ਜ਼ਮੀਨ ਜਿਹੜੀ ਜਗ੍ਹਾ ਵਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਕਬਜ਼ਾ ਕਰਨ ਵਾਸਤੇ ਆਏ ਆ ਇਸ ਬੰਦੇ ਨੇ। ਇੱਥੇ ਜਿਹੜੇ ਆ ਇੱਕ ਪਤਾ ਨਹੀਂ ਗ੍ਰੰਥ ਕੋਈ ਰਮਾਇਣ ਹੈ ਸ਼ਾਇਦ ਰੱਖੀ ਹੋਈ ਆ, ਉਸ ਦੇ ਨਾਲ ਜਿਹੜੇ ਗੁਰੂ ਆਪਣੇ ਜੋ ਪੋਥੀਆਂ ਨੇ ਗੁਟਕਾ ਸਾਹਿਬ ਨਿਤਨੇਮ ਦੀਆਂ ਜਪਜੀ ਸਾਹਿਬ ਦੀਆਂ ਅੰਦਰ ਰੱਖੀਆਂ ਵਾ, ਜੋ ਕਿ ਮੌਕੇ 'ਤੇ ਮਿਲੀਆਂ ਵਾ। ਜਦੋਂ ਵੇਖੀਆਂ ਇੰਨੀ ਉਹਨਾਂ ਦੀ ਹਾਲਤ ਤਰਸਯੋਗ ਸੀ ਵੀ ਦਿਲ ਜਿਹੜਾ ਵਾ ਰੋਣ ਡਿਆ ਵਾ ਵੀ ਇੰਨੀ ਬੇਅਦਬੀ ਹੋ ਰਹੀ ਅੰਦਰ, ਅਤੇ ਨਗਰ ਨੂੰ ਪਤਾ ਹੀ ਨਹੀਂ ਲੱਗਾ ਵੀ ਇੱਥੇ ਅੰਦਰ ਕੀ ਹੋ ਰਿਹਾ ਸੀਗਾ। ਤਾਂ ਸੋ ਅੱਜ ਸਗੋਂ ਉਲਟਾ ਇਹ ਬਾਹਰੋਂ ਨਿਹੰਗ ਲਿਆ ਕੇ ਇਹਨੇ ਇੱਥੇ ਜਿਹੜੀ ਜ਼ਮੀਨ ਵਾ ਇੱਥੇ ਜਿਹੜੀ ਜਗ੍ਹਾ ਵਾ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਨਾਲ ਹੀ ਇਹਨੇ ਪਰਸੋਂ ਗੋਲਕ ਵੀ ਤੋੜੀ ਆ ਅਤੇ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਵੀ ਜਿਹੜਾ ਵੀ ਬੰਦਾ ਸਾਡੇ ਗਾੜੀ ਆਊਗਾ ਅਸੀਂ ਉਹਨੂੰ ਮਾਰ ਦਾਂਗੇ। ਸ਼ਿਕਾਇਤ ਕੀਤੀ ਆ ਜੀ, ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਇਸ ਆਪਾਂ ਜੀ ਲਾਗੇ ਸਾਡੇ ਗੁਰਦੁਆਰਾ ਆਪਣਾ ਜਨਮ ਸਥਾਨ ਬਾਬਾ ਰਾਮ ਥੰਮਣ ਜਿੱਥੇ ਉਹਨਾਂ ਤਪੱਸਿਆ ਕੀਤੀ, ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਦਮਦਮੀ ਟਕਸਾਲ ਦੇ, ਅੱਜ ਉਹਨਾਂ ਨੂੰ ਬੁਲਾਇਆ ਸੀ, ਉਹ ਵੀ ਇੱਥੇ ਆਣ ਕੇ
ਆਪਣੀ ਵੇਖ ਕੇ ਬਿਲਕੁਲ ਸ਼ਿਕਾਇਤ ਕਰਾਂਗੇ, ਇਹਨੂੰ ਕਿਉਂ ਨਹੀਂ ਕਰਾਂਗੇ ਅਸੀਂ, ਹੁਣ ਇਕੱਠੇ ਹੋ ਗਏ ਐਸ ਐਸ ਪੀ ਨੂੰ ਜਿੱਥੇ ਵੀ ਜਾਣਾ ਪਿਆ, ਜਿਹੜੀ ਵੀ ਕਾਰਵਾਈ ਕਰਨ ਦੀ ਲੋੜ ਜ਼ਰੂਰਤ ਹੋ ਜੇ ਪੀ, ਆਪਾਂ ਬਿਲਕੁਲ ਕਰਾਂਗੇ ਜੀ, ਅਸੀਂ ਜਾਵਾਂਗੇ ਹੁਣ ਇਸ ਬੰਦੇ ਨੂੰ ਸਜ਼ਾ ਦਵਾਈ, ਬਿਲਕੁਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਸ ਬੰਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜਾ ਜਗ੍ਹਾ ਦੇ ਉੱਤੇ ਚੜਾਵਾ ਚੜਦਾ ਸੀਗਾ ਉਹ ਚੜਾਵੇ ਨੂੰ ਵੀਰਵਾਰ ਦੇ ਵੀਰਵਾਰ ਜਦੋਂ ਸਾਰੀ ਸੰਗਤ ਮੱਥਾ ਟੇਕ ਕੇ ਚਲੇ ਜਾਂਦੀ ਸੀਗੀ ਰਾਤ ਨੂੰ ਇਕੱਠਾ ਕਰਕੇ ਤੇ ਆਪਣੇ ਘਰੇ ਲਿਆ ਜਾਂਦਾ ਸੀਗਾ, ਇਹਨੇ ਨਜਾਇਜ਼ ਕਬਜ਼ਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਆ। ਰਾਤ ਦੇ ਹਨੇਰੇ ਦੇ ਵਿੱਚ ਇਹਨੇ ਕਮਰੇ ਦੀ ਹਾਲਤ ਤੁਸੀਂ ਵੇਖੋ, ਜਿਹੜੇ ਕਮਰੇ ਦੇ ਵਿੱਚ ਇਹਨੇ ਰਮਾਇਣ ਦਾ ਕੋਈ ਗ੍ਰੰਥ ਰੱਖਿਆ ਆ, ਨਾਲ ਗੁਰਕਾ ਸਾਹਿਬ ਰੱਖੇ ਆ, ਉੱਥੇ ਰੱਖ ਕੇ ਇਹਨੇ ਤੇ ਮਤਲਬ ਇੱਥੇ ਇੱਕ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਪਿੱਛੇ ਜੀ ਇਹਨੇ ਤੁਸੀਂ ਵੇਖੋਗੇ ਜਾ ਕੇ ਵੀ ਧੂਣੀ ਲਾਈ ਹੋਈ ਆ, ਚੁੰਮਟੇ ਗੱਡੇ ਹੋਏ ਆ, ਇਹ ਚੁੰਮਟਿਆਂ ਦੇ ਨਾਲ ਭੂਤ ਕੱਢਦਾ ਵਾ ਜੀ ਲੋਕਾਂ ਦੇ, ਤੇ ਹੋਰ ਇਸ ਤੋਂ ਵੱਧ ਜਿਹੜਾ ਵਾ ਇਹਦੇ ਕੋਲ ਹੈ ਕੁਛ ਨੀ ਗਾ। ਮੇਨ ਜਿਹੜਾ ਮੁੱਦਾ ਵਾ ਇਹਨੇ ਨਿਹੰਗ ਸਿੰਘਾਂ ਦਾ ਬਣਾ ਪਾਇਆ ਹੋਇਆ ਵਾ ਜੀ, ਤੇ ਬੈਠਾ ਪੀਰਾਂ ਦੀ ਜਗ੍ਹਾ ਤੇ ਆ ਇਹਨੇ ਪਹਿਲਾਂ, ਤੇ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਜੀ ਇਹ ਸਾਡੀ ਬਹੁਤ ਪੁਰਾਣੀ ਜਗ੍ਹਾ ਪੀਰਾਂ ਦੀ, ਮਤਲਬ ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਪੀਰਾਂ ਦੀ ਜਗ੍ਹਾ ਆ। ਪਹਿਲਾਂ ਤੇ ਇਹਨੇ ਨਿਹੰਗ ਸਿੰਘ ਲਿਆ ਕੇ ਆਪਣੇ ਤੱਕ ਦੱਸਿਆ ਵੀ ਆਪਣੇ ਜਿਹੜੇ ਰਿਸ਼ਤੇਦਾਰ ਆ, ਤੇ ਇੱਥੇ ਪਿੱਛੇ ਜਿਹੜਾ ਆ ਨਿਸ਼ਾਨ ਸਾਹਿਬ ਜਿਹੜਾ ਵਾ ਨਿਹੰਗ ਸਿੰਘਾਂ ਦਾ ਲਾਇਆ ਹੋਇਆ ਵਾ। ਉਹ ਤੋਂ ਬਾਅਦ ਇਹਨੇ ਹੁਣ ਕੀ ਕੀਤਾ ਵਾ ਵੀ ਇਹ ਗ੍ਰੰਥ ਲਿਆ ਕੇ ਤੇ ਇੱਧਰ ਮਤਲਬ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹਨੇ ਉਹ ਗ੍ਰੰਥ ਸਾਹਿਬ ਰੱਖਿਆ ਹੋਇਆ ਵਾ। ਸਾਡੇ ਕੋਲ ਵੀਡੀਓ ਆ, ਪੋਥੀਆਂ ਰੱਖੀਆਂ ਹੋਈਆਂ ਨੇ, ਸਾਡੇ ਕੋਲ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਅੰਦਰ ਕੋਈ ਚੰਨ ਨਹੀਂ ਆ, ਚੂਹੇ ਭੱਜੇ ਫਿਰਨ ਡੇ ਆ, ਔਰ ਅੰਦਰ ਉਹ ਪੋਥੀਆਂ ਤੇ ਗ੍ਰੰਥ ਦੀ ਬੇਦਬੀ ਹੋ ਰਹੀ ਆ। ਜੇ ਆਪਾਂ ਕੋਈ ਗੱਲ ਕਰਦੇ ਸੀਗੇ ਤੇ ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ, ਹੁਣ ਤੇ ਇਹ ਆ ਕਿ ਤੁਸੀਂ ਵੀ ਰਿਕਾਰਡ ਕੀਤਾ ਸਾਰਾ ਕੁਛ ਦੇਖ ਲਿਆ ਵਾ ਵੀ ਇੱਥੇ ਕੀ ਹਾਲਤ ਆ ਤੇ ਕਿਉਂ ਆਪਾਂ ਮਤਲਬ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਇਹਨੂੰ ਰੋਕ ਰਹੇ ਸੀ। ਅਸੀਂ ਸਜ਼ਾ ਦੀ ਮੰਗ ਕਰਦੇ ਹਾਂ, ਇਹਨੂੰ ਸਜ਼ਾ ਦਿੱਤੀ ਜਾਵੇ, ਬਣਦੀ ਸਜ਼ਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲਵਪ੍ਰੀਤ ਸਿੰਘ, ਗੁਰਦੁਆਰਾ ਜਨਮ ਅਸਥਾਨ ਬਾਬਾ ਰਾਮ ਥੁੰਮਣ, ਜੋ ਕਿ ਸ਼ਿਜਾਲੇ ਨਗਰ ਦੇ ਵਿੱਚ ਬਾਬਾ ਰਾਮ ਥੁੰਮਣ ਜੀ ਉਹਨਾਂ ਦਾ ਜਨਮ ਹੁੰਦਾ ਹੈ, ਉਹਨਾਂ ਦੇ ਜਨਮ ਅਸਥਾਨ ਤੇ ਦਾਸ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ। ਹਾਂਜੀ, ਅੱਜ ਆ ਕੇ ਤੁਸੀਂ ਕੀ ਦੇਖਿਆ, ਕਿਹੜੀ ਜਗ੍ਹਾ ਸੀ? ਦਾਸ ਨੂੰ ਹੁਣ ਜਾਂਦਾ ਹੈ ਪ੍ਰਬੰਧਕ ਜਣਾ ਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਆਓ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਜਗ੍ਹਾ ਦਾ ਬਹੁਤ ਹੀ ਭਾਰੀ ਰੌਲਾ ਜੋ ਪੈ ਰਿਹਾ ਸੀਗਾ। ਵੇਖੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁੰਦਰ ਗੁਟਕਾ ਸਾਹਿਬ, ਬੁੱਢਾ ਦਲ ਦੇ ਗੁਟਕਾ ਸਾਹਿਬ ਅਤੇ ਹੋਰ ਕਈ ਗੁਟਕਾ ਸਾਹਿਬ, ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਕਿ ਬੜੀ ਹੀ ਮਾੜੀ ਦਸ਼ਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਹਨ, ਲਾਗੇ ਚੋਏ ਅਤੇ ਉਹਨਾਂ ਦੀਆਂ ਬਿੱਠਾਂ ਅਤੇ ਗੰਦਗੀ ਅਤੇ ਨਾਲ ਹੀ ਕਈ ਅਜਿਹਾ ਸਾਜੋ ਸਮਾਨ ਰੱਖਿਆ ਹੋਇਆ ਹੈ ਜੋ ਕਿ ਗੁਟਕਾ ਸਾਹਿਬ ਦੀ ਥਾਂ ਰੱਖਣ ਵਾਸਤੇ ਨਹੀਂ ਹੈ। ਸੋ ਇੱਕ ਗੁਟਕਾ ਸਾਹਿਬ ਦਾ ਜਿੱਥੇ ਕਿ ਬਹੁਤ ਹੀ ਜ਼ਿਆਦਾ ਭਾਰੀ ਨਿਰਾਦਰ, ਦੂਸਰੇ ਪਾਸੇ ਕਿਸੇ ਵੀ ਧਰਮ ਦਾ ਜੋ ਹੈ ਗ੍ਰੰਥ ਹੋਵੇ ਅਸੀਂ ਸਾਰੇ ਜਣੇ ਉਹਦਾ ਸਤਿਕਾਰ ਕਰਦੇ ਹਾਂ, ਉਸ ਗ੍ਰੰਥ ਦਾ ਵੀ ਨਿਰਾਦਰ ਭਾਰੀ ਇਸ ਨਿਹੰਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਵੇਖੋ ਪੰਚਾਇਤ ਵੱਲੋਂ ਜਿੱਥੇ ਲਿਖਤੀ ਕੀਤੀ ਗਈ ਹੈ ਸ਼ਿਕਾਇਤ, ਉੱਥੇ ਅਸੀਂ ਸਾਰੇ ਦਲਾਂ ਪੰਥਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਬਣਦੀ ਕਾਰਵਾਈ ਇਸ ਨਿਹੰਗ ਸਿੰਘ ਦੇ ਉੱਪਰ ਕੀਤੀ ਜਾਵੇ, ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਸੇਧ ਮਿਲ ਸਕੇ ਕਿ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ। ਜਗਰੂਪ ਸਿੰਘ ਆ ਜੀ, ਗੁਟਕਾ ਸਾਹਿਬ ਵੇਖੇ ਨਾ ਬੇਦਬੀ ਹੋਈ ਕੋਈ ਇੱਥੇ ਜੀ? ਨਹੀਂ ਭਾਈ, ਇਹ ਤਾਂ ਗੱਲ ਕਰੀ ਹੋਣਾ।